السلام علیک یا اول المظلوم. ਅਸੀਂ ਸਮਝਦੇ ਹਾਂ ਹੁਸੈਨ ਸਭ ਤੋਂ ਵੱਡਾ ਮਜ਼ਲੂਮ ਹੈ, ਜਿਹੜੀ ਹਦੀਸ ਪੈਗੰਬਰ ਹੈ ਨਾ, ਵਾ ਅਬੂ ਹੁਮਾ ਅਫਜ਼ਲੁ ਮਿਨ ਹੁਮਾ. ਇਹਦਾ ਮਤਲਬ ਇਹ ਨਹੀਂ ਕਿ ਸਿਰਫ ਫਜ਼ੀਲਤ ਵਿੱਚ ਹਸਨੈਨ ਤੋਂ ਅਲੀ ਬੁਲੰਦ, ਮੁਸਾਇਬ ਉਹ ਮਜ਼ਲੂਮੀਅਤ ਵਿੱਚ ਵੀ ਅਲੀ ਪੁੱਤਰਾਂ ਤੋਂ ਬੁਲੰਦ. ਮੈਂ ਪਹਿਲੀ ਦਫ਼ਾ ਗਿਆ ਤੇ ਮੈਂ ਹੈਰਾਨ ਹੋਇਆ, ਕਿਹੜਾ ਵੱਡਾ ਜ਼ੁਲਮ ਹੈ ਜਿਹੜਾ ਸ਼ਬੀਰ ਤੇ ਨਹੀਂ ਹੋਇਆ ਤੇ ਅਲੀ ਤੇ ਹੋਇਆ. ਇਹ ਅਵਲ ਮਜ਼ਲੂਮ ਕਿਉਂ ਮਿਲ ਜਾਏਗੀ? ਕਰਬਲਾ ਸ਼ਬੀਰ ਤੇ ਜ਼ੁਲਮਾਂ ਦੀ ਇੰਤਹਾ ਹੈ. ਉਹ ਜ਼ੁਲਮ ਨਹੀਂ ਜਿਹੜਾ ਸ਼ਬੀਰ ਤੇ ਨਾ ਹੋਵੇ, ਲੇਕਿਨ ਜਿਹੜਾ ਵੱਡਾ ਮਜ਼ਲੂਮ ਸ਼ਹਬੂਰ ਅਲੇ ਸ਼ਬੀਰ, ਸ਼ਬੀਰ ਅਲੇ ਸਲਾਮ ਦੀ ਜ਼ਿੰਦਗੀ 'ਚ 9 ਲੱਖ ਚੋਂ ਕਿਸੇ ਬਦਮਾਸ਼ ਦੀ ਜ਼ਰੂਰਤ ਨਹੀਂ ਹੋਈ ਸ਼ਬੀਰ ਦੀਆਂ ਬਹਿਣਾਂ ਦੇ ਖੈਮਿਆਂ ਲਵੇ. ਅਲੀ ਉਹ ਮਜ਼ਲੂਮ ਹੈ ਜਿਹੜਾ ਵੇਹਦਾ ਰਿਹਾ ਜ਼ਹਰਾ ਮਰੀਂਦੀ ਰਹੀ ਹੈ. ਮੈਂ ਸਦਕੇ ਆਵਾਂ, ਮੈਂ ਸਦਕੇ ਆਵਾਂ. ਅਲੀ ਉਹ ਮਜ਼ਲੂਮ ਹੈ ਜਿਹਦੇ ਵੇਹਦਿਆਂ ਬੰਦਿਆਂ ਬਤੂਲ ਨੂੰ ਮਾਰਿਆ. ਕਦੀ ਕਦੀ ਮੌਲੇ ਮੁਤਕੀਆਂ ਆਪਣੇ ਜਦੁੱਲਾ ਹੀ ਹੱਥਾਂ ਨੂੰ ਵੇਖ ਕੇ ਰੋਂਦੇ ਨੇ, ਤਨਹਾਈ 'ਚ ਬੈਠ ਕੇ ਅਲੀ ਆਪਣੇ ਹੱਥ ਨੂੰ ਵੇਖ ਗਿਰੀਆ ਕਰ ਰਹੇ. ਸੁਲੇਮਾਨ ਮੁਹੰਮਦ ਇੱਕ ਦਿਨ ਪੈਰ ਜਾ ਨਾ ਪੈਨੇ, ਯਾ ਅਲੀ ਲਾ ਫਤਾ ਦਾ ਮਾਲਕ ਹੈ, ਤੇਰੇ ਤੋਂ ਵੱਡਾ ਬਹਾਦ ਤਨਹਾਈ 'ਚ ਇਤਨਾ ਗਿਰੀਆ, ਹੱਥਾਂ ਨੂੰ ਵੇਖ ਕੇ ਕਿਉਂ ਰੋਂਦੇ? ਹੱਥ ਨੂੰ ਪਹੁੰਚ ਕੇ ਕਹਿੰਦੇ ਨੇ, ਹੱਥ ਨੇ ਨਾ ਜਿਹਨਾਂ ਨਾਲ ਮੈਂ ਖੈਬਰ ਫਤਿਹ ਕੀਤਾ, ਇਹ ਹੱਥ ਨੇ ਜਿਹਦੀ ਜ਼ਰਬਤ ਸਕਲੈਨ ਦੀ ਬੰਦਗੀ ਤੋਂ ਅਫਜ਼ਲ ਹੈ. ਇਹ ਉਹ ਹੱਥ ਜੀ ਮੌਲਾ ਤੇ ਇਜਾਜ਼ ਹੈ. ਫਰਮਾਇਆ ਹਾਂ ਇਜਾਜ਼ ਹੈ. ਤਨਹਾਈ 'ਚ ਕਿਉਂ ਰੋਂਦੇ ਹੋ? ਫਰਮਾਇਆ ਤਨਹਾਈ ਤਾਂ ਰੋਣਾ, 11 ਹਿਜਰੀ ਆਈ, 28 ਸਫ਼ਰ ਆਈ, ਸ਼ਹਿਰ ਮਦੀਨਾ ਆਈ, ਆਕਾ ਮੁਸਤਫਾ ਦੀ ਜ਼ਿੰਦਗੀ ਦਾ ਆਖਰੀ ਵਕਤ ਆਈ. ਮੇਰੇ ਮੋਢੇ 'ਤੇ ਹੱਥ ਰੱਖ ਕੇ ਦਿਨ ਟੁਰ ਚੱਲਿਆ ਮੈਂ, ਤੋਹੀਦ ਮੇਰੇ ਸਮੇਂ ਤੇਰੀ ਮਮਨੂਨ ਹੈ, 23 ਸਾਲ ਤੂੰ ਤਲਵਾਰ ਚਲਾਈ ਹੈ ਯਾਰ ਜੀ, ਮੈਂ ਮੁਹੰਮਦ ਆਖ ਰਿਹਾ, ਤੂੰ 23 ਸਾਲਾ ਜ਼ਿੰਦਗੀ 'ਚ ਆਪਣਾ ਇੱਕ ਜ਼ਾਤੀ ਦੁਸ਼ਮਣ ਨਹੀਂ ਮਾਰਿਆ, ਮੇਰੇ ਦੁਸ਼ਮਣ ਮਾਰੇ ਨਹੀਂ ਜਾਂ ਖੁਦਾ ਦੇ ਮਾਰੇ ਨਹੀਂ, ਦੀਨ ਸਾਡਾ ਵੱਜਦਾ ਰਿਹਾ, ਬੁਗਸ ਤੇਰਾ ਵੱਧਦਾ ਰਿਹਾ, ਜਾ ਰਿਹਾ ਮੈਂ ਤੈਨੂੰ ਛੋੜ ਕੇ. ਯਾ ਅਲੀ ਮੇਰਾ ਹੁਕਮ ਤੇਰੇ 'ਤੇ ਵਾਜਬ ਹੈ ਨਾ? ਮੈਂ ਆਖਿਆ ਜੀ ਆਕਾ, ਤੁਹਾਡਾ ਹੁਕਮ ਮੇਰੇ ਵਾਸਤੇ ਹੁਕਮ ਖੁਦਾ ਹੈ. ਫਰਮਾਇਆ ਬਸ ਅਗਰ ਮੇਰਾ ਇਤਾਅ ਤੇਰੇ 'ਤੇ ਵਾਜਬ ਹੈ ਤਾਂ ਯਾ ਅਲੀ ਹੁਣ ਤੂੰ ਤਲਵਾਰ ਨਹੀਂ ਚਲਾਏਗਾ. ਮੈਂ ਆਕਾ ਦੇ ਸਾਹਮਣੇ ਤਲਵਾਰ ਰੱਖੀ. ਫਰਮਾਇਆ ਦਿਨ ਗੱਲ ਗੌਰ ਨਾਲ ਸੁਣ ਲਈ, ਅਨਕਰੀ ਮੇਰੇ ਬਾਪ ਤੇਰਾ ਹੱਕ ਗਸਬ ਕੀਤਾ ਜਾਏਗਾ, ਤੂੰ ਬਰਦਾਸ਼ਤ ਕਰਨਾ, ਤੂੰ ਤਲਵਾਰ ਨਹੀਂ ਚਲਾਣੀ. ਮੈਂ ਕਿਹਾ ਠੀਕ, ਫਿਰ ਮੈਂ ਮੇਰੀ ਬੇਟੀ ਦਾ ਹੱਕ ਹੋ ਲਿਆ ਜਾਏਗਾ. ਜਾਲੀ ਤੂੰ ਸਾਹਿਬ ਜ਼ੁਲਫਕਾਰ ਹੈ, ਤੂੰ ਤਲਵਾਰ ਨਹੀਂ ਚਲਾਏਗਾ. ਮੈਂ ਕਿਹਾ ਮੌਲਾ ਮੈਂ ਨਹੀਂ ਚਲਾਂਗਾ. ਸਲਮਾਨ ਹੀ ਉਹ ਜੀ ਗੱਲ ਕੀਤੇ ਨੇ, ਮੇਰੀ ਡਾਹ ਨਿਕਲ ਗਈ ਹੈ. ਮੇਰੇ ਮੋਢੇ 'ਤੇ ਹੱਥ ਰੱਖ ਕੇ ਦਿਨ ਬਸ ਆਖਰੀ ਗੱਲ ਯਾਦ ਰੱਖੀ, ਅਨ ਕਰੀਬ ਤੇਰੇ ਸਾਹਮਣੇ ਮੇਰੀ ਧੀ ਜ਼ਖਮੀ ਹੋ ਜਾਏ. ਆਫਰੀਨ ਆਫਰੀਨ ਜਿਹਨਾਂ ਦੀ ਹਾਏ ਨਿਕਲੀ ਹੈ. ਯਾ ਅਲੀ ਮੇਰਾ ਹੁਕਮ ਹੈ, ਮੇਰੀ ਧੀ ਜ਼ਖਮੀ ਹੋਏਗੀ ਤੂੰ ਤਲਵਾਰ ਨਹੀਂ ਚਲਾਏਗਾ. ਇੱਥੇ ਆ ਕੇ ਅਲੀ ਡਾਈ ਮਾਰ ਕੇ ਰੋਨੇ ਤੇ ਰੋ ਕੇ ਆਦੇ ਨੇ, ਹੁਕਮ ਆਈ ਮੇਰੇ ਆਕਾ ਦਾ, ਵਰਨਾ ਬੰਦਾ ਕਿਹੜਾ ਹੈ? ਮੈਂ ਵੀ ਜ਼ਿੰਦਾ ਹਾਂ ਤੇ ਬੰਦੇ ਜ਼ੈਨਬ ਦੀ ਮਾਂ ਨੂੰ ਮਾਰ ਕੇ ਰੋਣਾ. ਖਾਮੋਸ਼ੀ ਦਾ ਰਾਜ਼ ਹੈ ਆਈ. ਬੰਦੇ ਸਮਝਦੇ ਨੇ ਅਲੀ ਬੁਜ਼ਦਿਲ ਸੀ? ਅੱਜ ਮੀਡੀਆ ਤੇ ਬਹਿ ਕੇ 2 ਟਕੇ ਦਾ ਬੰਦਾ ਜੀ, ਫਿਰ ਅਲੀ ਬੁਜ਼ਦਿਲ ਸੀ? ਖਾਮੋਸ਼ੀ ਬੁਜ਼ਦਿਲੀ ਨਹੀਂ ਹੁੰਦੀ. ਸਹਿਬ ਇਕਤਦਾਰ ਹੋ ਕੇ, ਕੁੰਨ ਤੇ ਕਾਦਰ ਹੋ ਕੇ, ਫਿਰ ਬਰਦਾਸ਼ਤ ਤੇ ਬਹਾਦਰੀ ਹੈ. ਤੋਹੀਦ ਦੇ ਸਾਹਮਣੇ ਖਲੋ ਕੇ ਇਬਲੀਸ ਮਲਾਉਣਾ ਕਰਦਾ ਪਿਆ, ਨਹੀਂ ਮੈਂ ਸਹੀ ਦਾ ਕਰਦਾ. ਖੁਦਾ ਦੀ ਖਾਮੋਸ਼ੀ ਬੁਜ਼ਦਿਲੀ ਹੈ? ਇਮਰਾਨ ਦੇ ਪੁੱਤਰ ਨੂੰ ਤੇ ਆਖਰੀ ਬੁਜ਼ਦਿਲ ਹੈ ਕਿ ਅੱਲਾਹ ਕੁਦਰਤ ਨਹੀਂ ਰੱਖਦਾ? ਕਿਉਂ ਉਸਦੀ ਸਾਵਾਂ ਦੀਆਂ ਤਾਣੀਆਂ ਮੁਕਾ ਦਿੱਤੀਆਂ, ਉਸਨੂੰ ਢੀਲ ਕਿਉਂ ਦੇ ਰਿਹਾ? ਇਹੀ ਡੈਫੀਨੇਸ਼ਨ ਹੈ ਸ਼ੁਜਾਤ ਦੀ, ਵਸ ਲੱਗਦਿਆਂ ਸਭ ਕੁਛ ਇਕਤਦਾਰ ਹੁੰਦਿਆਂ ਫਿਰ ਬਰਦਾਸ਼ਤ ਕਰਨਾ. ਸਾਲੇ ਨਬੀ ਦੀ ਡਾਚੀ ਦਾ ਬੱਚੇ ਖਲੋ ਕੇ ਬਦਦੁਆ ਕੀਤੀ ਹੈ ਤੇ ਅੱਲਾਹ ਕਾਇਨਾਤ ਕਰ ਕਰ ਦਿੱਤੀ, ਤੇ ਜੇ ਹੁਸੈਨ ਦੀ 4 ਸਾਲਾਂ ਦੀ ਧੀ ਬਦਦੁਆ ਕਰ, ਇਹਨਾਂ ਦੇ ਅੰਦਰ ਖੁਦਾਈ ਹੌਸਲਾ ਆਈ. ਇਹ ਮਿਜ਼ਾਜ ਤੋਹੀਦ ਦੇ ਮਾਲਕ ਹਨ, ਇਹ ਸ਼ੁਜਾਤ ਹੈ ਮੇਰੇ ਮੁੱਲੇ ਮੁਤਕੀਆਂ ਦੀ. ਵਸ ਲੱਗਦੇ ਆ ਫਿਰ ਬਰਦਾ. ਛੱਤੀਆਂ ਸ਼ਹਿਰਾਂ 'ਚ ਮਾਵਾਂ ਦੇ ਸਰ ਨੰਗੇ ਨੇ, ਕੁੰਨ ਤੇ ਕਾਦਰ ਹੁਸੈਨ ਦਾ ਪੁੱਤਰ ਸੱਜਾ ਬਰਦਾਸ਼ਤ ਕਰਕੇ ਜਾ ਰਿਹਾ. ਇਹ ਹੈ ਬਹਾਦਰੀ. ਅੱਜ ਉਸ ਮਜ਼ਲੂਮ ਅਵਲ ਅਲੀ ਦਾ ਜਨਾਜ਼ਾ ਪਰਦੇਸ 'ਚ ਚਲੀ ਦੀਆਂ ਦਈਆਂ ਯਤੀਮ ਹੋ ਗਈਆਂ. ਮੇਰਾ ਸਲਾਮ ਆਪਣੀ ਕੌਮ ਨੂੰ. ਰਸ਼ਵਤ ਜਾਏਗਾ ਬਾਜ਼ਾਰਾਂ 'ਚ, ਲੋਕ ਇਹਦੀਆਂ ਸ਼ੋਪਿੰਗ ਕਰੋ. ਇੱਕੋ ਮੇਰੀ ਕੌਮ ਹੈ ਜਿਹੜੀਆਂ ਗਲੀਆਂ ਮਹੱਲਿਆਂ ਤਲਾਸ਼ ਕਰ ਗਈ, ਹੁਣ ਕਿੱਥੇ ਮਜਲਸ ਹੈ?
ਇੱਥੇ ਮਜਲਿਸ ਹੈ, ਮਿਹਰਬਾਨੀ ਜਿਹੜੇ ਖੁਸ਼ੀਆਂ ਬਤੂਲ ਦੀਆਂ ਧੀਆਂ ਦੀ ਯਤੀਮੀ ਤੇ ਕੁਰਬਾਨ ਕਰੋ। ਮੈਂ ਸਦਕੇ ਆਵਾਂ, ਦੋ ਚਾਰ ਜੁਮਲੇ ਆ ਕੇ ਮੈਂ ਇੱਕ ਮੈਨ ਕਰਾਂ। ਇੱਕ ਆਂਸੂ ਆ ਗਿਆ, ਇੱਕ ਆਂਸੂ ਦੀ ਖਾਤਰ ਕੋਸ਼ਿਸ਼ ਕਰੀਏ। ਰੋਜ਼ੇ ਨਾਲ ਤੁਹਾਡਾ ਬੈਠਣਾ ਬੜੀ ਬਾਤ ਹੈ, ਤੇ ਇਸ ਟਾਈਮ ਆਪਣੇ ਰੋਣ ਤੇ ਦਿਲ ਨਹੀਂ ਕਰਦਾ, ਬੰਦਾ ਥੱਕ ਜਾਂਦਾ। ਆਖਰੀ ਇਫਤਾਰੀ ਹੁਸੈਨ ਆਪਣੀ ਉਮੇ ਕੁਲਸੂਮ ਦੀ ਦੇ ਘਰ ਕੀਤੀ। ਮੈਂ ਖੁਦ ਬੇਟੀਆਂ ਲਾ, ਜਿਹੜੇ ਬੰਦੇ ਦਹੀਆਂ ਦੇ ਪਿਓ ਬੈਠੇ ਹੋ, ਜਿਸ ਦਿਨ ਮੈਂ ਇਫਤਾਰੀ ਘਰ ਕਰਨੀ ਹੋਵੇ ਮੈਂ ਆਪਣੀ ਗੱਲ ਕਰਾਂ, ਮੇਰੀਆਂ ਬੇਟੀਆਂ ਨੇ ਮੇਰੇ ਮਿਜ਼ਾਜ ਦਾ ਪਤਾ ਹੈ। ਬਾਬਾ ਐਸ਼ਾ ਖਾਂਦੇ ਨੇ, ਐਸ਼ਾ ਖਾਂਦੇ, ਤੁਹਾਡੇ ਘਰ ਵੀ ਇਹ ਸਿਲਸਿਲਾ ਹੈ, ਤੁਹਾਡੀ ਦੀ ਤੁਹਾਡੇ ਮਿਜ਼ਾਜ ਦੇ ਮੁਤਾਬਕ ਚੀਜ਼ ਬਣਾਈ ਗਈ, ਤੇ ਜਿਹਦਾ ਮਿਜ਼ਾਜ ਹੀ ਮਿਜ਼ਾਜ ਏ ਤੌਹੀਦ ਆਈ। ਇਹਨਾਂ ਜਿਹੜਾ ਖਾਣ ਪੀਣ ਕੀਤਾ ਸਨ ਸਮਝਾਉਣ ਵਾਸਤੇ, ਅਲੀ ਦੀਆਂ ਧੀਆਂ ਬਾਬੇ ਦਾ ਮਿਜ਼ਾਜ ਸਮਝਦੀਆਂ, ਉਮੇ ਕੁਲਸੂਮ ਬਾਬੇ ਦਾ ਤੌਹੀਦੀ ਮਿਜ਼ਾਜ ਸਾਹਮਣੇ ਰੱਖੇ। ਖਜੂਰ ਨਮਕ ਸ਼ਰਬਤ, ਨਮਕ ਨਾਲ ਜਾਂ ਖਜੂਰ ਨਾਲ ਇਫਤਾਰੀ ਹੈ। ਬੇਟੀ ਉੱਠੀ, ਬਾਬਾ ਸ਼ਰਬਤ? ਫਰਮਾ ਬੇਟਾ ਜ਼ਰੂਰਤ ਨਹੀਂ, ਬਾਬਾ ਥੋੜ੍ਹਾ ਜਿਹਾ। ਫਰਮਾ ਬੇਟਾ ਤੁਸੀਂ ਜਾਣਦੇ ਹੋ ਨਾ ਮੈਨੂੰ ਗਰਮੀਆਂ ਦੇ ਰੋਜ਼ੇ ਬਹੁਤ ਪਸੰਦ ਨੇ। ਬੇਟਾ ਇਹਤਿਆਜ ਨਹੀਂ। ਅੱਛਾ ਬਾਬਾ, ਮੇਰਾ ਦਿਲ ਰੱਖਣ ਵਾਸਤੇ ਥੋੜ੍ਹਾ ਜਿਹਾ ਪੀ ਲਓ। ਤੀਸਰੀ ਦਫ਼ਾ ਬੀਬੀ ਇਸਰਾਰ ਕੀਤਾ, ਯਦੁੱਲਾ ਹੀ ਹੱਥ ਅਲੀ ਚਾਹ ਕੇ ਦੇਣਾ। ਅੱਛਾ ਬੇਟਾ, ਮੇਰੀ ਅਮਾਨਤ ਰੱਖ ਦਿਓ। ਇਸ ਜੁਮਲੇ ਤੇ ਮੇਰੀ ਮਜਲਿਸ ਮੁੱਕ ਜਾਏਗੀ। ਬਾਬਾ ਅਮਾਨਤ ਫਰਮਾਇਆ, ਕੱਲ ਕੋਈ ਮਹਿਮਾਨ ਆਏਗਾ ਉਸਨੂੰ ਦੱਸ ਦਿਆ ਕਰੇ। ਆਫਰੀਨ ਆਫਰੀਨ ਬਾਈ, ਆਫਰੀਨ ਬਾਈ, ਆਫਰੀਨ ਬਾਈ। ਮਹਿਫੂਜ਼ ਮਕਾਮ ਤੇ ਨਫਸ ਮੁਤਮੈਨਾ ਦਾ ਬਾਪ ਅਲੀ, ਉਹ ਅਲੀ ਜਿਸ ਦੇ ਉਜਰੇ ਸ਼ਬ ਵਿੱਚੋਂ ਹਜ਼ਾਰ ਹਜ਼ਾਰ ਤਕਬੀਰ ਦੀ ਸਦਾ ਬੁਲੰਦ, ਕਦੀ ਨਾ ਸਮਣ ਵਾਲਾ ਸਿਰਫ ਸ਼ਬ ਹਿਜਰਤ ਸੁੱਤਾ। ਅੱਜ ਬੀਬੀ ਪਾਕ ਕਹਿੰਦੇ ਨੇ ਮੇਰੇ ਬਾਬੇ ਦੇ ਅੰਦਰ ਜਿਵੇਂ ਬੇਚੈਨੀ ਜਲਦੀ ਹੋਵੇ, ਦੋ ਦੋ ਰਕਤ ਨਮਾਜ਼ ਪੜ੍ਹਦੇ ਨੇ ਦਾਰੇ ਅਮੀਰ ਸ਼ਹਿਰੇ ਕੂਫਾ, ਸੇਨੇ 'ਚ ਨਿਕਲ ਕੇ ਆਸਮਾਨ ਨਾਲ ਮੂੰਹ ਕਰਕੇ, ਰਾਤ ਹੀ ਹੋਏ ਜਿਹਦਾ ਵਾਅਦਾ ਮੇਰੇ ਨਾਲ ਆਈ, ਕਿਉਂ ਨਹੀਂ ਥੰਮਦੀ? ਯਾਨੀ ਬੇਚੈਨੀ ਨਾਲ ਇੰਤਜ਼ਾਰ ਕਰ। 19 ਸ਼ਬਦ ਦੀ ਸ਼ਾਇਰੀ ਹੋਈ, ਮੁਖਤਸਰ ਸ਼ਾਇਰੀ ਕੀਤੀ, ਇਹ ਜ਼ਵਾਤ ਏ ਮੁਕੱਦਸਾ ਬਾਲਾ ਤਰਨ ਖੁਰਦੋ ਨੋਸ਼, ਇਹਨਾਂ ਖਾਣ ਪੀਣ ਕੀਤਾ ਸਨ, ਇਹਨਾਂ ਵਜ਼ੂ ਕੀਤੇ ਨੇ ਸਨ ਸਮਝਾਉਣ ਵਾਸਤੇ। 40 ਹਿਜਰੀ ਦਾ ਅਗਰ ਕੂਫਾ ਪੜੋ, ਬਹੁਤ ਵਸੀ ਹੋ ਰਹੀ ਸ਼ਹਿਰ ਹੈ, ਬਹੁਤ ਬੜਾ ਮਹੱਲੇ ਨੇ, ਹਰ ਮਹੱਲੇ ਦੀ ਮਸਜਿਦ ਆਪਣੀ ਹੈ, ਜ਼ੈਲੀ ਮਸਾਜਿਦ ਬਹੁਤ ਜ਼ਿਆਦਾ ਨੇ ਕੂਫੇ 'ਚ, ਜਾਮੇ ਔਰ ਮਰਕਜ਼ੀ ਮਸਜਿਦ ਇਹ ਮਸਜਿਦ ਕੂਫਾ ਹੈ ਜਿੱਥੇ 70 ਅੰਬਿਆ ਦੇ ਮੁਸੱਲੇ, ਜਿਹੜਾ ਮੇਰੀ ਕਾਇਮ ਦਾ ਦਾਰੁਲ ਮਕਾਮ ਹੋਏਗਾ। ਇਸ ਮਸਜਿਦ ਦੇ ਜਾਮੇ 'ਚ ਅਲੀ ਇਮਾਮਤ ਕਰਾ ਦੇਣ, ਬਾਕੀ ਜ਼ੈਲੀ ਮਸਾਜਿਦ ਹੀ ਚਲੀ ਆਪਣੇ ਪੁੱਤਰ ਭੇਜ ਦੇਣ, ਅੱਬਾਸ ਤੂੰ ਫਲਾਂ ਮਸਜਿਦ, ਹਨਫੀਆ ਤੂੰ ਫਲਾਂ, ਆਉਣ ਬੇਟਾ ਤੂੰ ਫਲਾਂ ਮਸਜਿਦ, ਹੁਸੈਨ ਬੇਟਾ ਤੂੰ ਫਲਾਂ ਮਸਜਿਦ। ਜਿਹੜੇ ਜ਼ਰਬ ਲੱਗਦੀ ਹੈ ਅਲੀ ਦੀ, ਸਭ ਪਿੱਛੇ ਦਸਤਾਰੇ ਵਿਲਾਇਤ ਦਾ ਵਾਰਸ ਹਸਨ ਹੈ, ਬਾਕੀ ਅਲੀ ਦੇ ਬੇਟੇ ਮੁਖਤਲਿਫ ਮਸਾਜਿਦ ਵਿੱਚ ਨੇ। ਪੁੱਤਰਾਂ ਨੂੰ ਭੇਜ ਕੇ ਅਲੀ ਮੁਖਤਸਰ ਸੈਰੀ ਕਰਕੇ ਆਪਣੀ ਸੇਨ 'ਚੋਂ ਤਿਆਰੀ ਕਰਕੇ ਨਿਕਲੇ। ਇਮਾਮ ਦਾ ਘਰ ਏ ਸ਼ਾਨ ਹੁਸੈਨ, ਨਿਸਬਤ ਦਿੱਤੀ ਜਾ ਸਕਦੀ, ਅੰਧੇਰਾ ਸੈਰੀ ਦਾ ਟਾਈਮ, ਉੱਥੇ ਗਏ ਨੇ ਨਾ ਅਲੀ ਮਸਜਿਦ ਵਾਸਤੇ ਆਪਣੇ ਵਿਹੜੇ 'ਚ, ਅਲੀ ਦੀਆਂ ਦੇ ਲਹਿਜਿਆਂ ਤੋਂ ਵਾਕਿਫ ਆਣ, ਪਿੱਛੋਂ ਬੇਟੀ ਬੋਲੀ, ਬਾਬਾ ਮੇਰਾ ਸਲਾਮ। ਅਲੀ ਪਹਿਚਾਣਦੇ ਹੋ ਨੇ ਮੇਰੀ ਮੁਸਾਫਰ ਹੈ ਸ਼ਾਮ, ਬੇਟੀ ਦਾ ਲਹਿਜਾ, ਮੁੜ ਕੇ ਵੇਖਿਆ ਵਿਹੜੇ 'ਚ ਆਲੀਆ ਨਹੀਂ ਖਲੋਤੀ, ਕੁਲਸੂਮ ਖਲੋਤੀ। ਬੇਟਾ ਕਿਸ ਬੁਲਾਇਆ? ਫਰਮਾਇਆ, ਬਾਬਾ ਤੁਹਾਡੀ ਮਲਕਾ ਸ਼ਾਮ ਦੀ ਬੁਲਾਇਆ। ਕਿੱਥੇ ਮੇਰੀ ਆਲੀਆ ਬੇਟੀ? ਬਾਬਾ ਮੇਰੀ ਕੰਢ ਪਿੱਛੇ, ਇੱਥੇ ਕਿਉਂ ਖਲੋਤੀ? ਬਾਬਾ ਕਾਫੀ ਦੇਰ ਹੋ ਗਈ, ਮੇਰੀਆਂ ਮਿੰਨਤਾਂ ਕਰਦੀ ਹੈ, ਆਦੀ ਅੰਮਾ ਦੇ ਬਾਅਦ ਮੇਰੇ ਹੌਲੇ ਮੁੱਕ ਗਏ। ਕੁਲਸੂਮ ਉੱਠਣਾ, ਮੇਰੇ ਸਾਹਮਣੇ ਖਲੋ, ਮੈਂ ਬਾਬੇ ਨਾਲ ਕੋਈ ਗੱਲ ਕਰਾਂ। ਅਲੀ ਵਾਪਸ ਮੁੜੇ ਨੇ, ਯਦੁੱਲਾ ਹੀ ਹੱਥ ਹੀ ਦੇ ਸਰ ਤੇ ਰੱਖਿਆ, ਬੇਟਾ ਕੋਈ ਗੱਲ ਕਰਨੀ ਹੈ? ਆਲੀਆ ਦੇ ਲੱਭ ਹੱਲਦੇ ਨੇ, ਆਵਾਜ਼ ਨਹੀਂ ਨਿਕਲਦਾ, ਬਹੁਤ ਘੱਟ ਬੋਲੇ ਨੇ ਜ਼ਿੰਦਗੀ 'ਚ, ਬਹੁਤ ਥੋੜ੍ਹਾ ਬੋਲੇ। ਨਿਗਾਹਾਂ ਬਾਬੇ ਦੀਆਂ ਨਾਲੇ ਨੇ ਇਮਾਮਤ ਵਾਲੇ ਪਾਸੇ, ਇਲਾਹੀ ਹੱਥ ਅਲੀ ਆਲੀਆ ਦੇ ਸਰ ਤੇ ਰੱਖਿਆ, ਬੇਟਾ ਬੋਲੋ, ਅੱਲਾ ਨੇ ਤੇਰੇ ਲਹਿਜੇ ਦਾ ਵੀ ਪਰਦਾ ਬਣਾਇਆ, ਸਿਰਫ ਮੈਂ ਸੁਣਾਂਗਾ, ਜ਼ਾਤੇ ਤੌਹੀਦ ਔਰ ਮੇਰੇ ਸਿਵਾ ਤੇਰਾ ਲਹਿਜਾ ਕੋਈ ਨਹੀਂ ਸੁਣੇਗਾ। ਬੇਟਾ ਅਸਮਾਨ ਦੇ ਦਰੀਚੇ ਮੈਂ ਬੰਦ ਕਰਾ ਦਿੱਤੇ ਨੇ, ਕਿਸੇ ਫਰਿਸ਼ਤੇ ਦੀ ਜ਼ਰੂਰਤ ਨਹੀਂ, ਤੇਰਾ ਆਵਾਜ਼ ਸੁਣ, ਬੋਲ ਬੇਟਾ। ਮੁਸ਼ਕਲ ਨਾਲ ਬੋਲੀ, ਬਾਬਾ ਤੁਸੀਂ ਰੋਜ਼ ਸੈਰੀ ਦੇ ਟਾਈਮ ਜਾਂਦੇ ਹੋ ਨਾ ਨਮਾਜ਼ ਵਾਸਤੇ? ਬਾਬਾ ਅੱਜ ਵੀ ਜਾ ਰਹੇ ਹੋ? ਬਾਬਾ ਪਤਾ ਨਹੀਂ ਕੀ ਵਜ੍ਹਾ ਹੈ ਤੁਸੀਂ ਤੁਰਦੇ ਹੋ, ਮੈਨੂੰ ਨਹੀਂ ਲੱਗਦਾ ਮੇਰੇ ਬਾਬਾ ਬਹੁਤ ਦੂਰ ਜਾ ਰਹੇ ਹੋ।
जेड़े दहिया दे पियो बैठे हो। फिर मैं बाबा मेरी जिद कोई नहीं, मुमकिन है अज की नमाज साडे नाल घर पढ़ लो। अली दी दे सर ते हथ रख दे, रजम बेरजाए ही व तस्लीम अल अमर, दीयां नूं तसलियां दे के अली तुरे। चलो ये भी जुमला मैं लाजमी पढ़ा। पत्थर जानवर पल तू रखे ने सदा तेरा मन, ये मदीनियों नाल आए ने, इत्थे आए ने नाल लेके आए ने। बीबी पाक रवायत करते ने जानवर की फितरत आवाज जिंदगी भर इन्हें साढ़े वेले चू तक नहीं की थी। इन्हों की मौजूदगी दसन कभी एहसास नहीं होया। अज पहली बारी साढ़े वेड़े च चीखो पुकार की आवाज पर फड़फड़ा रहे ने, कूफे का शहर सुन रहे ने जानवरों की आवाजा। आली अदी मैं घबरा के बाहर निकले, जानवरों की है मैं वेखे वेड़ा मेरे कयामत का मंजर, बाबा बैठे सारे जानवर मेरे बाबे की आबा न अपनी चुंज न पकड़े कि अपनी बेजुबानी पिया देने। या अली घर पढ़ लै दियाँ यदी आफरीन शेखपुरा लिया आफरीन शेखपुरा। मैं सदके आवा मैं सदके आवा, जानवरों ने प्यादे ने मौत बाद इच बनी है असी पहलो बने। तो सलियां दे के अली मस्जिद कूफा चाहे, खुदा लानत करे अब्दुर्रहमान इब्ने मुल्जम मुरादी कतामा मलौना ते खुदा लानत करे। ये मलौना कुनफुज मलौन दी बहन आई, कुनफुज नु जान दे ओ बेगैरत है जिस मुहम्मद दी धी दा हाथ तो रोड़े अली दे कतल च भी मुलवस। कतामा बिनते उमैर कुनफुज बिनते बिन इब्ने उमैर ये बहन बेरान है बनू तमीम खानदान दे, एक खानदान दुश्मन अले बहन तुझो खुदा इस मलौना ते लानत करे। हजार दिरम दी तलवार इस इसनों दिती है, एक हजार दिरम दा जहर मुसलसल दी तलवार बुझाई गई है। लिखा गया कि इतनी जहरीली तलवार हो चुकी है, अगर पूरे शहर दे कूफे दे मर्दा नू एक वार नाल कीता जाए तो कोई मर्द कूफे दा ना बचता, इतनी जहरीली तलवार हो चुकी। इसनों दिती से मलाउन सीने दे तले रख के उल्टा लेटे है। मौला मुत्तकियान फरमाते जाग मैं अली आ गया, शेखपुरा बैठे मैं थोड़े मिजाजा एक जुमला खां। शाने हुसैन आलिया पुत्र कंड ते चा के सजदा करना सौखा ही, कातल जगा के सजदा करना। मैं सदके जगा के अली जिंदगी दी आखरी अदा ना की, लंबे मजामीन ने जिंदगी बाकी मुलाकात बाकी, थोड़ा जा जल्दी चाके बिखी भी ड्यूटी है। अली आखिरी अजान मुकाइए बकाए तौहीद की खातर मेहराब मस्जिद चाहे तकबीरत उले राम बुलंद कीता है। ये मलौन अली दे पीछे करो ते खवारज चुंगाई। इस वास्ते मैं दुआ मंगी इंशाल्लाह खातिमा बिल खैर होवे। दस बंदे अली यमन खत लिखाई अपने गवर्नर कि इतमाद आले बंदे भेज, उस सौ बंदे चुने यमन चुन सौ में दस चुने ने, ये दस भेजे ने कूफे अली दी बारगाह सैंती या अठत्ती हिजरी ने। इन दसां अली नाल गल करन वास्ते इस मलौन नूं चुने। जेड़े शेर पड़े नरबी च मौले मुत्तकियां दे दरबार च खलो के, या अली साड़ियां तलवारां चौबी घंटे तेरे हुक्म दियां मुंतजर ने, साड़ियां जाना जिसम तेरे कदमां ते कुर्बान होण तैयार। फसी जुबान शेर कहिंदा है अली सनु गौर नाल वेखे, आ अंतल मुरादी, वह तू मुरादी है कबीले मुराद है तू, फरमा तेरी दाई यहूदी आई आदे जी, तेरे प्यो का नाम मुलजम है। हाँ या अली अब्दुर्रहमान तेरा नाम है जी मौला। मौले मुत्तकी कल में तरजीह पड़े इन्ना लिल्लाह, हैरान हो कहते या अली इन्ना लिल्लाह, फरमाए तू मेरा कातल है, कदम डिग पे या अली तलवार लै मैंने मार, मैं वह बदबख्त तेन कतल करूंगा। फरमाए नहीं अली आदल इमाम है, जुर्म तो पहले सजा नहीं देता। एक सफी नहीं चली दे नाले, नहरवान नहीं चली दे नाले, नमाज पढ़ते अली दे नाले। इस वास्ते दुआ मंगा करो अल्लाह खातिमा बिल खैर होवे। विलायत अली ही सरात मुस्तकीम है, बड़े बड़े डगमगा रहे गिर जाओगे, दुआ मंगना मालिक को लो बोला कायम रखे। अली तकबीरा तो ले राम आखी सब छोड़ी, अली रुकू कीता है
زہر مجھے تلوار بے نیام کی تھی ستون دے اوٹی چاہے مسجد نبی مسجد کوفہ دے تھم نہ رکے علی سیدے سر رکھے اس تلوار لے کے این چاہیے ضرب اتنی شدید کیوں لگی نقل کفر کفر میں بادشاہ تھا ماتمی بیٹھو میرے سامنے خدا اس سے لعنت کرے علی دیاں دیاں نوروان اللہ تیری نسل برباد ہو اس کتے بے غیرت نے پوری طاقت نال ضرب اس والے ماری جس ویلے علی سجدے چوں سر جا رہا ضرب اتنی شدید ہے ادا امامہ علی دا سجے جان گیا ادا امامہ کھبے جنے جی انج نہیں تھی سمجھو ضرب دے بعد علی دا سارے کھلے جی کاری دے سامنے کو مصلا خون نال لالو لال ہو گیا محراب مصلا خون نال تر ہو گیا مولا متقیان دی زبان چ جملہ نکلے فز تو اے رب القعبہ رب کعبہ دی قسم علی کامیاب ہے نماز دی اہمیت واسطے ایک جملہ کافی ہے علی ولی اللہ پڑھن والا کدی نماز نو کم تر نہ سمجھے پیو تڑپ رہے ہیں دستے ید اللہ علی بلند کے تقدم یا بنی الحسن حسن بیٹا آگے بڑھو نماز مکمل کراؤ پیو تڑپ رہے ہیں حسن مطمئنوں کے پڑھ رہے سبحان رب مرحبا سبحان رب ایکو ذرا ماری ہے ایک ذرا مار کے نس گیا مورخین اس نے بحث کی تھی ابن ملجم مرادی ملاؤں نے ایک ضرب کیوں ماری دوجی کیوں نہیں ماری تمام مورخین متفق علیہ جملہ لکھے اس واسطے ایک ماری جاندا ہی علی دی کنڈ خالی نہیں سب پتراں دی موجود ہے علی دے شیعہ چھڑانے والے موجود نے من پکڑن والے موجود نے ایکو ضرب مار کے اتھی تلوار سٹ کے نس گیا میرا خیال ہے ہر بندے دی عبادت ہونی چاہیے ایدا نہ امیر المومنین امیر شیخ پورے والے انوادے نے جدا قاتل ایک ضرب مار کے نس جائے غریب انوادے نے جدے چھڑانے والا کوئی نہ ہو جدا قاتل مطمئن ہو کے 13 ضربہ مارے جدی 2 سالاں دی دھی پیا دی ہوئے نہ مارو ظالے میرا مرحبا مرحبا میں صدقے ہواں میں صدقے ہواں میں صدقے ہواں میں صدقے اس روئے زمین تے پہلا پہلا قتل حابیل ہویا ہے قابیل قتل کیتے جتھے بھی قتل ہویا ہے صبح ازل تو شام ابد تک اج بھی قتل ہو رہے ہیں پہلا وین یا پتروں کر دینے یا دھی کر دی شیخ گرے آلے کائنات پہلا مظلوم اول علی جدے قتل دا پہلا وین فرشتے نہیں ہویا عرشتے ہویا چوتھے آسمان تے جبریل تاج ملکوتی لہا کے پیا دیالا انا امیر المومنین قد قتلا او فرشتیاں تسبیاں چھوڑو میرے گل لگو میرا استاد مارا گیا آؤ عبادت چھوڑو میری مرشد زادیاں یتیم آفرین 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 بھائی تسی تیار بیٹھیو میں بھی انتظار نہ کراں جبریل لوین کائنات دے ذرے ذرے نال ٹکرایا شان حسین والے ہر کہیں جبریل لوین سنے جویں پردیس وچ دیاں سنے کہیں نہیں سنے پردے چ بیٹھی کوئی میری ماں بہن دی جملہ سمجھے گی ہر خاندان چ فرد ہے سوندے جدے تے پورا خاندان مان کردا ہے ڈیپینڈ کردا ہے پھر آ ڈھیر سارے کوفے علی دیاں دیاں نال پتہ نہیں کتنا مان یا علی نو غازی بھرا تے جبریل لوین بلند ہوئے علی دیاں دیاں دیوال کھل گئے نا ساریاں شہزادیاں ہکو وین کر دیاں عباس جل دیا بابا مارا گیا ہے آفرین آفرین بھائی آفرین بھائی آفرین بھائی میں سب کے ہوں یہ تیری محبت یہ میری ذاتری نہیں بھائی یہ تیرے تے کرم علی دی دھیدہ ایک
جتھے علی دیاں دھیاں دے وال کھل گئے اتھے حسن نماز مکمل کرائی علی دے پتراں جبریل لوین اپنی اپنی مسجد سنے سارے علی دے پتر مصلیاں تو انجے دوڑے نے نہ لین پیرن چ کوئی نہیں جنہ گھراں تے غازی دا علامے جڑے نویکلے میرے مالک دے ماتمی بیٹھے ہو شیخ پورا لیا سارے علی دے پتر اپنی مسجد جو جامع مسجد ال اکو غازی اے جدا منہ جامع مسجد ال نہیں اپنی مسجد جو عباس سیدھا گھر والے پاسے بھجے عباس دی پگ لتھی ہوئی اے غازی دا چہرہ سرخ اے دوران خون تیز اللہ دے جلال نو جلال آیا ہویا اے عباس جلال نال اپنے ویڑے داخل ہوئے اگے دروازے دے اندر علی دی اندھیاں دے وال کھلے ہوئے اج پہلا موقع اے زینب کھلوتی اے غازی بھج کے لنگے آئے غازی دا لنگنا ای زینب سجے جھنیے کلسوم کھپے آدی اے پاک ہو گئے بابا مارا گیا اے جدن وی گزردا اے عباس میرا سلام کردا اے اج میں کھلوتی ہاں میرا غازی رکیا آفرین بھائی آفرین بھائی آفرین میں صدقے بھائی میں صدقے میں صدقے میں صدقے کر لاؤ یار علی دی اندھیاں دی یتیمی تے کر لاؤ جیڈا جلدی چاہندا اے عباس میں نویدا اے رکدا اے میرا سلام کردا اے یقیناً میں یتیم ہو گئیاں اج میں کھلوتیاں میرا غازی نہیں رکھیا جی اے جملہ تسی سنے تے اگلا جملہ تسی کیویں برداشت کرنے جڑے ماتمی جمعی ماواں دیاں جھولیاں جو حسین دے ماتم واسطے ہو جلال نال عباس گئے اج سہری دا وقت اے غازی اپنے حجرے گئے قبضے تلوار تے ہاتھ رکھیا یا رکھ ہاتھ عباس دے مونڈیاں تے تے رو آکھیا امال بنی نے کہیں گھر ساڈا برباد کیتے ونج دیکھو کون جڑے ماتم عبادت سمجھدیو عباس ویکھے پہلی واری اماں دے وال کھلے ہویا امل بنی دی چادر گل پئی ہوئی آئی پتر دے مونڈے تے ہاتھ رکھیا دی آئی توں تے آدا ہاوے میں کر سنگدا پورے عرب دی سرخ زمین او تیرے جینیاں پیو کو آواز آندا اے او ویکھ زینب دے وال کھل گئے آفرین 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 میں صدقے ہواں بھائی میں صدقے ہواں بھائی علی دی اندھیاں راضی ہون دے اما خیرو سی اسے جلال نال عباس تلوار لے کے واپس مڑے جڑے دارے امیر دے زوار ہو اجر عباس دا غازی تلوار لے کے دوڑے ہے بے نیام کردا ہے اسے جلال نال علی دا پتر بھجے اسے دروازے دے اندر کھلوتیاں علی دیاں دھیاں بیر پردہ نہیں جان دیندا بہن پیو دی محبت نہیں دیندی عجیب کیفیت ہے ادو غازی دوڑے پک ہو گیا علی نو اگے کوئی نہیں رکیا رکنا ہن وی کوئی نہیں اتنے جلال نال عباس پیا بھجدا اے جدل کولو گزرن لگے پہلی واری علی بھجدے پھرا دا ہاتھ پکڑیا اے ایو جئی گل کیتی غازی دا مٹھا دیوار تے لگے میری سینا دی تو پترے میں دھیاں تین جلدی بڑی اے غازی گل میری غور نال سن لئی باپے نو دیر ہو گئی زینب باہر آوے ہاتھ بن کے آدے باہر نہ آوے میں بابے نو لے کے ہنے آ ماتم کری یار ماتم کری آفرین آفرین آواز آندے باہر نہ آوے میں بابے تو پہلے مروے دا آواز آندے تو نہ آوے پھرا مرن تو پہلے مروے دا اچھا پھر جتنا جلدی ہو سکدا میرا بابا لے آ جلال نال غازی بھج پیا عباس دے آندیاں تائیں حسن امام نماز مکمل کرا لئی اپنا امامہ لہا کے پیو دے سر تے پٹی بن دتی تاکہ سر کھل نہ جائے مختلف روایات نے چادر یا کمبل می سمیت مار دے گھروں منگایا گیا چار پائی نہیں کچھ لکھ رہے اسے مسلے دے سینٹر زخمی علی پتران چارے کونے پکڑ لے سجا کونا حسن امام کھبا کونا حسین بادشاہ نال علی محمد حنفیہ اگلاؤں نال عباس ترے یا چار قدم دارے امیر والے پاسے تورے مسجد کوفہ جو کوئی لمبا سفر نہیں
चौथा या पंजवा कदम आई मौले मुत्तकी आंदी अखां बंद ने वजहुल्लाई चेहरे ते खून है रीश ते खून है अखां बंद ने ते पुछदे ने कौन कौन ओ चावण वाले असना दिन बाबा मैं आउन भिरा ने मोहम्मद हनफिया ने अब्बास भी ने हुसैन भी हुसैन दा नाम आए तड़प गया देने सारे चाओ हुसैन अखो मिलना चाहो जिन्होंने समझ आ गई है थोड़ा मातम हो गया शबीरा दिन क्यों बाबा फरमे दिन उधार उतना जमीन है जितना लहा संगी वे आज तू मेरा जनाजा ना चा इन्ना दे जनाजे चावन आले ओ सन तेरा त्रै दिन धुप्पा ते पिया रहने तेरा ना कोई चावन आला आफरीन 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 चा के लाए आए ने जेडे बेटियां ले ओ कोई बेटी मेरा जुमला करीब तू समझेगी लारे अमीर मेरे इमाम दे घर दा दरवाजा ए सामने नजर आ रहा है कोई लंबा सफर नहीं अली लेटे ने चादर दे कोने पुत्रा पकड़े ने चाह के अखां बंद ने त्रै या चार कदम रह गए फरमाए ने हसन रुको बाबा के करने पर मैं लाओ नहीं बाबा जख्मी प्यो पुत्रा दे आंदिया नहीं टुरदे फरमाए ने तुसी पुत्रो के मेरिया धीया ने मैंने इंज ना ले जाओ जिवें जनाजे आंदे अगर मैं इंज गया मेरी ज़ैनब मर वैसे मैं टुर के वन्या मेरिया धीया नु सारा वे साडा बाबा छी मरहबा 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 ओ धीया नाल इतना प्यार करन आला ली जिहड़ी किताब दी मैं रवायत पढ़ी अली अपने घर दे बाहर उतरे कदमां नाल टुर के पुत्रां दे मोंडियां ते हथ इस सामने खून कैफियत नहीं पढ़ी जाएगी कैफियत महसूस की जाती है यकीनन जितने बैठो इनवाल्व मजलस तुसी कैफियत महसूस करोगे तुहाडी हाय निकल जाएगी जिहड़ी सारी जिंदगी शर्मांदी रही जिहड़ी मां ते बहणां दे ओले लै के प्यो नाल गल्लां कर दिया अज अली पहला कदम अंदर रखे अली दीदी पहली बारी बाबे दा चेहरा अख भर के वेखे अल्लाह ही चेहरे ते खून आए चादर ढल के गल आ गई पुत्र ने सहारा दे के प्यो नु मसरत लिटाया मैंने कुरान दी कसम अज पहली बारी आलिया दे वाल खुल गए चादर लथी हो ये भिरा पवे दिन परवाह कोई नहीं प्यो दे सीने ते मथा रखिया दी आयो मेरा किसे नु बुझ ना थेना ना बाबा आयो मेरा कायनात आदल ते अमीर बाबा बंदिया क्यों मारिया बाबा मेरे बखत कह लुट ले मेरी ईद कह मुका छोड़ी एक वैण कर दिए फिरा सहारा दें दिन उत्ते कलसूम आ जानिए फिरा सहारा दिते उत्ते खदीजा आइए बेरावा तू सलियां दितियां ने मुक गई मेरी मजलस मिशियां सुनिया ओ मेरे मिंबर दी कसम सहरी दा वक्त आई अली दा घर आई कयामत दा मंजर आई अली आदन में डिठे मेरियां सारियां धीयां आईयां ने मेरी रुपया धी नहीं आई ओ जेड़े गाजी दी बहन हिस्से दी बहन दे जवार बैठे लाहौर अली मलका नहीं आई अली आदन में अपने वेड़े डिठे कयामत दा मंजर है मेरे घर दा कोना है रुपया दीवार खुले होए कोशिश कर दी है मैं बाबे अलवन्या अबल फजले लब्बास हाथ बन के प्यादे रुकैया हाले नहीं हौसला कर हाले सबर कर क्यों गाजी आदन अजे जहरा दियां धियां पईयां मिलदियां ओ बतूल दी औलाद असी नौकरानी दी औलाद आफरीन भाई आफरीन हुण माहौल बना लिया ओ सैयदा दियां ने ओ बतूल दियां धियां ने ओ जहरा मां मरहबा मैं सदके आ ओ सहरा दियां धीयां ने असी नौकरानी दी औलाद आ अजे साडी वारी नहीं अली आदन मैं जरब दा दर्द भुल गए सजा अच्छा क्या देना मंडे मेरी ज़ैनब तो वध प्यारी धी है बाबे बुलाए अब्बास रस्ता छोड़े बाबा बाबा कर दी प्यू दे गल लग गई अजे रज प्यू थे धी नैन मिले दारे अमीर दे बाहरों आवाज आई है मौला मुबारक होवे कातल पकड़ी गए कातल आ गया अली आदन हसन जी बाबा भैणा नौको हुजरे टुर जान किवें गईयां हुसन
जख्मी प्यो नोड़ सिसकिया लेंदिया रोंदिया लीदिया दिया बाबे का हुक्म मन के हुजरे टुर गई कनात लग गया ली दे वेड़े पर मैं पर्दा कराओ मेरा कातल मेरे सामने आवे मैं दुनिया नूं दसा मैं केड़ा वड्डा आदल इमाम खुदा इस इबने मुलजम ते लानत करे इस मलाउन मुरादी दी जुबान बाहर निकली होई इदे हक पिछे बते होए मौत दे खौफ तू पिया कंबदा है अली दे सामने आए मौल मुत्तकियान इस दा मनहूस चेहरा वेख के दना इबने मुलजम क्या मैं तेरा चंगा इमाम नाई क्यों परदेश इच मेरियां धीयां दे वाल खुलाए नी क्यों मेरियां धीयां दा बख्त उजाड़े आई कुत्ता बेगैरत मुश्किल नाल बोल क्या दे जिस मैं भेजे मैं दसना तलवार देने वाला कौन है मैं लालच देने वाला तेरा असल कातल कौन है प्यास खा गई है तालू नालू मेरी जुबान नहीं हटती जेड़ी पुछनी है मैं दसना मैं पानी पिवा जेड़ा जमया माशिया दी झोली चू मजल सुनदा जवान आया हुण दी आए ना निकली शादा जिगर जख्मी हो जाएगा पानी पिवा जदन पानी दा नाम आया त्रै वारी अली हुजरे सजे खबे वे क्या दिन किथे गया मेरा करबला दा गरीब हुसैन बाबा मैं हाजरा फरमाया जा बहन आख मेरा शरबत देवे मेरा मेहमान आख हुसैन बहना नुआ देने शरबत दे बाबे दा मेहमान आ गया बहन शरबत दिते शबीर जा क्या दिन जाओ मेरे कातल नु पिवाओ मिंबर दी कसम शबीर पंजवे कदम ते गए ने अल्लाह दा अरश हल्लन लग पिया जिबरील दा ताज लह गया मलाइका दे वैन बुलंगो इन करीब आई हुसैन शरबत पिवें ने पता नहीं अली नु के ख्याल है इशारा करके दिन हुसैन ना पिवा वापस आ बाबा कौन पिवावे जड़ा हाथ पनिया ही मातम वास्ते कौन पिवावे अली वे क्या दिन हुसैन तू ना पिवा अप्पा हास तू पिवा